ਯਾਰ ਉਧਰ ਵੀ ਸੁਣ ਲਓ ਕਿੰਨੀ ਦੇਰ ਦੇ ਲੱਗੇ ਕੰਨਾਂ ਨੂੰ ਲਾ ਕੇ ਉਹ ਕਰੇ ਮੈਂ ਗਾਣੇ ਸੁਣਨੇ ਆ ਮੈਂ ਐਫਐਮ ਲਾਇਆ ਵਾ ਠੀਕ ਹੀ ਚੈੱਕ ਹੀ ਕਰਨੇ ਆ ਪੀਸ ਆ ਪੰਜ ਚੁਗਾ ਤਾਂ ਨਹੀਂ ਮਿਲਦਾ ਇਦਾਂ ਦਾ ਵਾ ਉਹ ਤੇਰਾ ਬੇੜਾ ਕਰਕੇ ਫਰੈਸ਼ ਆ ਮੈਂ ਕੀ ਦੱਸਾਂ ਯਾਰ ਹਲਾਤ ਕੰਮਾਂ ਦੇ ਕਰਦਾ ਹੀ ਹੋਇਆ ਪਿਆ ਵਾ ਭਾਈ ਕਮੇਟੀ ਦੇਣ ਵਾਲੀ ਆ ਫੇਰ ਅੱਲਾ ਹੀ ਖੈਰ ਕਰੇ ਅੱਜ ਤੇ ਬਿਸਮਿਲਲਾ ਯਾ ਅੱਲਾ ਬਰਕਤ ਪਾਈ ਟਾਈਮ ਕੀ ਹੋ ਗਿਆ 12 ਵਜੇ ਚਲੇ ਹਜੇ ਤੱਕ ਆਇਆ ਨਹੀਂ ਚੰਗਾ ਸ਼ਗਿਰਦ ਰੱਖਿਆ ਵਾ ਦੁਕਾਨ ਵੀ ਆਪ ਖੋਲੋ ਸਫਾਈ ਵੀ ਆਪ ਕਰੋ ਅਜ਼ਾਬ ਨਹੀਂ ਪੈਣੀ ਚਲੋ ਗਾਹਕ ਦੇ ਵੀ ਆਉਣ ਦਾ ਟਾਈਮ ਹੋ ਗਿਆ ਵਾ ਇਹਨੂੰ ਹਜ਼ਾਰ ਹੀ ਗਿਆ 12 ਵਜੇ ਆ ਗਿਆ ਕਰ ਇਹ ਸੁਣਦਾ ਹੀ ਨਹੀਂ ਚਲੋ ਜਾ ਕੇ ਬਿਸਮਿਲਲਾ ਪੜ੍ਹਦੇ ਹਾਂ ਅੱਜ ਪੈਸੇ ਚਾਹੀਦੇ ਆ ਕਮੇਟੀ ਦੇਣ ਵਾਲੀ ਆ ਦੇਣੇ ਜਾ ਕੇ ਅਸਲਾਮੁਅਲੈਕੁਮ ਸਨੇਕ ਦੇ ਮੱਥੇ ਲਾਈ ਬਾਰਾਂ ਵੱਜ ਗਏ ਆ ਤੇ ਹਜੇ ਤੱਕ ਨਹੀਂ ਆਇਆ ਪਤਾ ਨਹੀਂ ਕੀ ਕਰੂਗਾ ਸਾਡੇ ਨਾਲ ਕੱਲ੍ਹ ਕਹਿੰਦਾ ਸੀ ਮੋਟਰਸਾਈਕਲ ਪੈਂਚਰ ਹੋ ਗਈ ਤਾਂ ਲੇਟ ਹੋ ਗਿਆ ਜਦੋਂ ਇਹਨੂੰ ਪੁੱਛ ਲਓ ਇਹਦਾ ਨਵਾਂ ਹੀ ਬਹਾਨਾ ਹੁੰਦਾ ਵਾ ਇੱਧਰ ਲੱਗਦਾ ਕਦੇ ਸਫਾਈ ਨਹੀਂ ਕੀਤੀ ਇੰਨਾ ਘੱਟਾ ਪਿਆ ਹੋਇਆ ਵਾ ਉਹਨੇ ਕੀ ਕਰਦਾ ਵਾ ਮਹੀਨੇ ਬਾਅਦ ਤਨਖਾਹ ਆਇਆ ਮੰਗਦਾ ਵਾ ਜਿਵੇਂ ਪੁੱਛੋ ਹੀ ਨਾ ਕੁਛ ਆਹੋ ਦੁਕਾਨ ਤੇ ਆ ਗਿਆ ਵਾ ਮੈਂ ਇੱਕ ਕੱਪ ਚਾਹ ਭੇਜ ਦੇ ਮੇਰੇ ਵਾਲੀ ਯਾਰ ਮੈਂ ਕਿਹਾ ਦੇ ਦਿਆਂਗੇ ਤੇਰੇ ਵੀ ਅੱਜ ਯਾਰ ਅੱਜ ਕਰ ਦਿਆਂਗੇ ਕਲੀਅਰ ਕੋਈ ਗਾਹਕ ਲੱਗ ਰਿਹਾ ਦੁਆ ਕਰਿਆ ਕਰ ਸਾਡੇ ਵਾਸਤੇ ਕੋਈ ਗਾਹਕ ਆਈਏ ਟੈਨਸ਼ਨ ਨਾ ਲਾਈ ਅੱਜ ਲਾ ਦੇਵਾਂਗੇ ਜੋ ਤੇ ਕੋਣ ਆ ਦਿੱਤਾ ਮਾਨਾ ਆ ਮੇਰੀ ਵੀ ਚਾਹ ਕਹਿ ਦੀ ਇੱਕ ਕੱਪ ਮੇਰਾ ਵੀ ਚਾਹ ਅਮਾ ਨਹੀਂ ਸੁਣ ਲਿਆ ਜੇ ਹਾਂਜੀ ਆ ਭੇਜ ਦਿਓ ਸਾਡਾ ਦੁਕਾਨ ਤੇ ਆਓ ਜੀ ਹਾਂਜੀ ਟਾਈਮ ਵੇਖਿਆ ਟਾਈਮ ਬਸ ਲੇਟ ਹੋ ਜਾਈਦਾ ਹੁਣ ਤੁਹਾਨੂੰ ਪਤਾ ਹੀ ਆ ਇਹ ਰੋਜ਼ ਹੀ ਲੇਟ ਹੋਈ ਜਾਈਦਾ ਵਾ ਤੂੰ ਮੈਨੂੰ ਸਹੀ ਤਰੀਕੇ ਨਾਲ ਦੱਸ ਕੰਮ ਕਰਨਾ ਕਿ ਨਹੀਂ ਇੱਥੇ ਭਾਈ ਲੇਟ ਹੋ ਜਾਂਦਾ ਬੰਦਾ ਤੈਨੂੰ ਪਤਾ ਵਾ ਕੀ ਮਸਲਾ ਸੀ ਸਵੇਰ ਦੇ ਕਦੋਂ ਮੰਨ ਲਿਆ ਤੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਅੱਜ ਕੀ ਹੋਇਆ ਸੀ ਕੋਈ ਕੰਮ ਨਿਕਲਾਂਦੇ ਆ ਰਾਹ 'ਚ ਕੋਈ ਟੱਕਰ ਜਾਂਦਾ ਵਾ ਉਹਨੂੰ ਨਾ ਪੈ ਜਾਂਦਾ ਤੈਨੂੰ ਪਤਾ ਅਸੀਂ ਤੈਨੂੰ ਛੁੱਟੀ ਜੋ 8 ਵਜੇ ਦੇ ਦਿੰਨੇ ਆ ਤੂੰ ਉਦੋਂ ਮਿਲਿਆ ਕਰ ਉਹਨਾਂ ਨੂੰ ਜਾ ਕੇ ਕਿਦੋਂ 8 ਵਜੇ ਦਿੱਤੀ ਕੱਟਾ ਪਿਆ ਦੁਕਾਨ ਦੇ ਤੇ ਕਿਨੇ ਆ ਕੇ ਸਾਫ ਕਰਨੀ ਨਹੀਂ 8 ਵਜੇ ਕਿਦੋਂ ਦਿੱਤੀ ਇੱਕ ਦਿਨ ਵੀ ਦਿੱਤੀ 8 ਵਜੇ ਛੁੱਟੀ ਹਾਂ ਦੱਸ ਦੇ ਫਿਰ ਉਹ ਭਾਈ ਬਹੁਤੀਆਂ ਗੱਲਾਂ ਨਾਲ ਚਲਾਓ ਕੰਮ ਦੱਸੋ ਜਿਹੜਾ ਹੈਗਾ ਕੰਮ ਕਰਨ ਆਏ ਆ ਫਿਰ ਤੁਸੀਂ ਕਹਿਣਾ ਕੰਮ ਨਹੀਂ ਕਰਦੇ ਵੇ ਦੱਸੋ ਕੀ ਕਹਿਣਾ ਚਲੋ ਆਪ ਫੜ ਕਪੜਾ ਇਹਨਾਂ ਤੇ ਝਾੜ ਨਹੀਂ ਮਾਰ ਤੈਨੂੰ ਪਤਾ ਰਾਤੀ ਕੰਟੇਨਰ ਲੱਥਾ ਮੈਨੂੰ ਨਹੀਂ ਪਤਾ ਬਾਲ ਗੋਦਾਮ ਚ ਆਇਆ ਪਿਆ ਮੈਨੂੰ ਦੱਸਿਆ ਹੀ ਨਹੀਂ ਕਿਸੇ ਨੇ ਆਪ ਤੁਸੀਂ ਸਾਰਾ ਕੁਝ ਕਰਦੇ ਆ ਸਫਾਈ ਕਰ ਰਹੇ ਤੇ ਗੋਦਾਮ ਚ ਜਾ ਚੱਕਰ ਲਾ ਜਾ ਕੇ ਉੱਥੇ ਦੇਖ ਕੇ ਆ ਮਾਲ ਜਿਹੜਾ ਆਇਆ ਉਹ ਚ ਇੱਕ ਪੀਸ ਕੱਢ ਕੇ ਲਿਆ ਚੈੱਕ ਕਰੀਏ ਕਿੱਦਾਂ ਦਾ ਮਾਲ ਆਇਆ ਵਾ ਹਾਏ ਬਿਸਮਿਲਲਾ ਉਧਰ ਹੋ ਗਏ ਘਰ ਘਟਾ ਇਧਰ ਨਾ ਆਵੇ ਮੈਂ ਜ਼ਰਾ ਆਪਣੇ ਆਧਾਰ ਕੱਢ ਲਾ ਭਾਈ ਮੇਰੇ ਤੇ ਘਟਾ ਨਹੀਂ ਹੈ ਇਹਨਾਂ ਦੇ ਘਟਾ ਵਾ ਭਾਈ ਥੋੜਾ ਉਧਰ ਹੋ ਕੇ ਬਾਈਏ ਉੱਤੋਂ ਤੁਸੀਂ ਆਨੇ ਲੈ ਇਹਨਾਂ ਤੇ ਗੱਲ ਕਰਦੇ ਹੱਦ ਹੋ ਗਈ ਤੇਰੇ ਵਾਲੀ ਪਤਾ ਨਹੀਂ ਮਾਲਕ ਮੈਂ ਆਵਾਂ ਤੇ ਤੂੰ ਚੱਲ ਛੱਡ ਦੇ ਛੇਤੀ ਆਈਏ ਨਾ ਬੰਦਾ ਹੋ ਗਈ ਆ ਗੋਦਾਮ ਚ ਜਾ ਚੱਕਣ ਲਾ ਕੇ ਆ ਪੀਸ ਇੱਕ ਕੋਈ ਸੋਹਣਾ ਜਿਹਾ ਲੈ ਕੇ ਆ ਜਿਹੜਾ ਸਾਡੀ ਮਾਲ ਆਇਆ ਪੁੱਛਿਆ ਨੇ ਵੀ ਲੱਗਿਆ
ਵੀ ਹਾਂ ਵੀ ਯਾਦ ਆ ਜੀ ਕੋਈ ਚੰਗੇ ਚੰਗੇ ਮਰੀਜ਼ ਭੇਜ। ਉਹ ਕਿੱਥੇ ਰਹਿ ਗਏ ਆ? ਭਾਵਾ ਕੀ ਕਰਦਾ ਪਿਆ ਵਾ? ਉਹ ਭਾਈ ਵਜ਼ਨੀ ਦਾ ਵਾ, ਨਾਲੇ ਗਦਾਮ ਇੰਨੀ ਦੂਰ ਰੱਖਿਆ ਵਾ, ਜਾਂ ਦੁਕਾਨ ਲਾਗੇ ਲਿਆਇਓ। ਵਾਹ ਸਦਕੇ ਜੀ, ਤੇਰਾ ਕਰਕੇ ਹੁਣ ਦੁਕਾਨ ਸੀ ਉੱਥੇ ਲੈ ਆਈ ਏ ਤੇ ਲਾਗੇ ਲਿਆਇਓ, ਤੁਹਾਨੂੰ ਪਤਾ ਨਹੀਂ ਲੱਗਦਾ ਰਾਤੀ। ਹਾਂ ਆ ਲੈ, ਤੇ ਚੰਗਾ ਵਾ, ਫਰੈਸ਼ ਆ। ਵੇਖੀ ਜਾਣਾ ਅੰਦਰੋਂ ਨੀ ਵੇਖਣਾ ਹੁਣ, ਬਾਹਰੋਂ ਹੀ ਵੇਖੀ ਜਾਣਾ। ਵਿੱਚ ਨਾ ਬੋਲੀ, ਹੁਣ ਸੁਬਹ ਸ਼ਾਮ ਦੀ ਦਵਾਈ ਲਿਖ ਦਿਓ। ਅੱਛਾ ਲੈ, ਮਾਲ ਤੇ ਹੋ ਗਿਆ ਫਰੈਸ਼ ਪੀਸ, ਇਹਨੂੰ ਉੱਧਰ ਰੱਖ, ਕੱਪੜਾ ਫੜ ਤੇ ਇਹਨੂੰ ਸਾਫ਼ ਸੂਫ਼ ਕਰ, ਗਾਹਕ ਆਉਣ ਲੱਗੇ ਆ। ਰਾਤੀ ਸੀ ਡਰਾਮੇ ਵੇਖੋ ਆਪਣੇ, ਹਲੇ ਲਾਈ ਵੀ ਨੀ, ਪਹਿਲੇ ਗਏ ਨੇ ਲਾ ਦੀ ਲੈ, ਇਹ ਤੁਸੀਂ ਚੈੱਕ ਕਰਨੀ ਹੈ। ਉਹ ਸਾਰਾ ਇੱਧਰ ਸੋਚ ਬਣ ਜੀ, ਤੁਸੀਂ ਘੁਮਾਈ ਮੈਨੂੰ ਤੁਸੀਂ, ਮੈਨੂੰ ਗੁੱਸਾ ਹੀ ਬੜਾ ਤੁਹਾਡੇ ਤੇ। ਕੀ ਦਿੱਤਾ ਮੈਨੂੰ, ਕਿਹੜੀ ਐਲਈਡੀ ਦਿੱਤੀ ਆਪਣੇ ਵੱਲੋਂ? ਇੰਪੋਰਟਡ ਯਾਰ, ਇਹਨੂੰ ਛੱਡੋ, ਇਹ ਦੇਖੋ ਪਹਿਲਾਂ। ਉਹ ਭਾਈ ਹੈਲੋ, ਇਹਨੂੰ ਚੱਕੋ, ਆ ਮੇਰਾ ਲਾਮਾ ਵਾਪਸ। ਤੁਸੀਂ ਦੇਖੋ ਤੇ ਸਹੀ, ਇਹਨੂੰ ਤੇਰੀ ਮਿਹਰਬਾਨੀ ਲੈ ਆ ਯਾਰ, ਇਹਨੂੰ ਚੱਕੋ, ਇਹਨੂੰ ਲੈ ਆ ਇੱਥੋਂ, ਮੇਰੀ ਐਲਈਡੀ ਦਾ ਰੌਲਾ ਹੱਲ ਕਰੋ, ਇਹਦਾ ਮਸਲਾ। ਭਾਜੀ ਬੈਠੇ ਸਹੀ, ਇਹਦਾ ਮਸਲਾ ਹੱਲ ਕਰੋ। ਲੈ ਗਿਆ ਭਾਣ ਵਾਸਤੇ, ਭਾਣ ਤੁਸੀਂ ਬੈਠੋ। ਭਾਈ ਆ ਜਿਹੜੀ ਇੰਪੋਰਟਡ ਕਰਕੇ ਦਿੱਤੀ ਆ, ਇਹਨੂੰ ਦੇਖੋ ਭਾਜੀ, ਦੇਖ ਲੈਨੇ ਇਹਨੂੰ, ਕੀ ਹੋਇਆ, ਚਲਾਓ, ਚਲਾ ਕੇ ਦਿਖਾਓ ਮੈਨੂੰ ਇਹ। ਕੱਲ ਮੈਂ ਹਲੇ ਤੁਹਾਡੇ ਕੋਲ ਲੈ ਕੇ ਗਿਆ, ਜਦੋਂ ਤੁਸੀਂ ਆ ਪਿਓ ਪੁੱਤ ਲੜਨ ਦੇ ਹੀ ਗਏ, ਉਹ ਵੀ ਪਿਓ ਵਜਾ ਹੀ ਹੁੰਦਾ ਵਾ। ਹਾਂਜੀ ਹਾਂਜੀ, ਕੀ ਮਸਲਾ, ਕੀ ਹੋਇਆ ਇਹਨੂੰ, ਇਹਨੂੰ ਚਲਾ ਕੇ ਦਿਖਾਓ ਮੈਨੂੰ। ਦੇਖੋ ਫਰੈਸ਼ ਪੀਸ ਆ, ਇੰਪੋਰਟ ਹੋਇਆ, ਫਰੈਸ਼ ਹੀ ਹੁੰਦੇ ਜਿਹੜੇ ਖਰਾਬ ਹੁੰਦੇ, ਮਾੜਾ ਵੀ ਘੱਟਾ ਨਹੀਂ ਹੈਗਾ ਇੱਥੇ। ਹਾਂਜੀ ਆ ਮੈਨੂੰ ਨਜ਼ਰ ਆ ਰਿਹਾ, ਖਰਾਬ ਐਲਈਡੀ ਦੇਤੀ ਮੈਨੂੰ ਚੱਕ ਕੇ, ਪੂਰੀ ਮਾਰਕੀਟ ਤੋਂ ਪੁੱਛ ਲੋ ਮੇਰਾ, ਤੁਹਾਡਾ ਨਾਂ ਖਰਾਬ ਆ ਹਨਾ, ਇਹੀ ਕਹਿਣਾ ਤੁਸੀਂ। ਮੈਂ ਤੁਹਾਨੂੰ ਚੈੱਕ ਕਰਾ, ਜੇ ਭਾਜੀ ਖਰਾਬ ਹੋਈ ਨਾ, ਤੁਸੀਂ ਵੀ ਇੱਥੇ ਤੇ ਅਸੀਂ ਵੀ ਇੱਥੇ, ਹੁਣੀ ਚੈੱਕ ਕਰ ਲੈਨੇ ਆ, ਅਸੀਂ ਵੀ ਇੱਥੇ ਤੁਸੀਂ ਵੀ ਇੱਥੇ, ਆ ਤਾਰ ਲੱਗ ਗਈ ਭੈਣ, ਮੈਨੂੰ ਨਾ ਲਾ ਦਿਓ ਉਦਣ ਤਰ੍ਹਾਂ ਆਪਣੇ। ਨਹੀਂ ਭਾਜੀ, ਮੈਂ ਆਪਣੇ ਹੱਥਾਂ ਨਾਲ ਲਾਨਾ ਵਾ। ਹੈਲੋ
ਨਹੀਂ ਚੱਲੀ, ਉਹਦਾ ਆਣ ਹੀ ਨਹੀਂ ਦਿਆ ਪਾਵਰ। ਚਲੋ ਜੀ, ਪਾਵਰ ਵੀ ਮੁੱਕ ਗਈ। ਆਹ ਇੰਪੋਰਟਡ ਕਰਕੇ ਦਿੱਤੀ ਮੈਨੂੰ ਤੁਸੀਂ, ਏਡੀ ਮਹਿੰਗੀ LCD। ਭਾਈ ਤੁਹਾਡੇ ਕੋਲ ਤਾਂ ਬਿੱਲ ਬੁੱਲ ਹੈਗਾ ਕੁਛ? ਸਾਰਾ ਕੁਛ ਹੈਗਾ ਮੇਰੇ ਕੋਲ ਇਹਦਾ, ਤੁਹਾਡੇ ਕੋਲ ਲੈ ਕੇ ਗਿਆ ਵਾਂ। ਹੁਣ ਤੁਸੀਂ ਮੁਕਰਨ ਦੀ ਕੋਸ਼ਿਸ਼ ਕਰ ਰਹੇ ਆ ਨਾ? ਤੁਹਾਡੀ ਲੱਗਦੀ ਤੇ ਨਹੀਂ, ਨਾਲ ਦੀ ਦੁਕਾਨ ਤੋਂ ਤਾਂ ਨਹੀਂ ਖੜੀ? ਭਾਈ ਮੈਨੂੰ ਪੈਸੇ ਦਿਓ ਤੇ ਮੈਂ, ਮੈਨੂੰ LED ਰੱਖੋ ਕੋਲ ਬਸ। ਇਹ ਕਿਤੇ ਡਿੱਗੀ ਆ ਲੱਗਦਾ। ਉਹ ਭਾਈ ਕਿਤੇ ਵੀ ਨਹੀਂ ਡਿੱਗੀ, ਦੇਖ ਲਓ ਕੋਈ ਪੱਟੀ ਛੱਟੀ ਹੋਈ, ਉਹਦੇ ਰਗੜ ਲੱਗੀ ਆ। ਚਲੋ ਚੈੱਕ ਕਰ ਲੈਂਦੇ ਹਾਂ ਅਸੀਂ ਫੇਰ ਵੀ ਭਾਈ ਜੀ, ਤੁਹਾਨੂੰ ਬਿੱਲ ਤੁਹਾਡੇ ਕੋਲ ਮੌਜੂਦ ਆ? ਬਿੱਲ ਮੇਰੇ ਕੋਲ ਆ, ਉਹਦੇ ਉੱਤੇ ਲਿਖਿਆ ਵਾ ਭਾਈ ਉੱਥੇ ਬਾਅਦ ਚੋਂ ਆਈ। 15 ਨਿਕਲ ਆਇਆ ਵਾ, ਘੰਟਾ ਵਾ ਉੱਥੇ ਝਾੜ ਇਹਨੂੰ। ਮੈਨੂੰ ਪੈਸੇ ਲਾ ਲਾਂ ਤਾਂ ਪਹਿਲੇ ਤੂੰ ਬਾਅਦ ਚੋਂ ਆਈ। ਭਾਜੀ ਪਤਾ ਨਹੀਂ ਬੱਚੀ ਨਿਕਲ ਆਈ। ਪੈਸੇ ਦੀ ਟੈਨਸ਼ਨ ਨਾ ਲਓ, ਅਸੀਂ ਤੁਹਾਨੂੰ ਜੋ ਦਿੱਤੀ ਸੀ, ਅਸੀਂ ਤੁਹਾਨੂੰ ਇਹਨੇ ਕਿਹਾ ਸੀ 1 ਦਿਨ ਦੀ ਗਰੰਟੀ ਹੈ, 24 ਘੰਟੇ। ਹਾਂਜੀ, ਅਤੇ ਹਲੇ 1 ਦਿਨ ਵੀ ਨਹੀਂ ਆਇਆ ਭਾਜੀ। ਘੰਟਾ ਰਹਿ ਗਿਆ, ਘੰਟਾ ਸੀ ਤੁਹਾਨੂੰ ਇੱਥੇ ਬਾਣਾ ਤੇ 24 ਘੰਟੇ ਹੋ ਜਾਣੇ। ਦੇਖਿਓ ਇੱਦਾਂ ਨਹੀਂ, ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਘੰਟੇ। ਚੈੱਕ ਕਰ ਲੈਂਦੇ ਇਹਨੂੰ, ਇਹਨੂੰ ਕੋਈ ਮਸਲਾ ਤਾਂ ਅਸੀਂ ਚੈੱਕ ਕਰ ਲੈਂਦੇ। ਆ ਫੜੋ ਇਹਦਾ ਬਿੱਲ, ਆ ਲਓ ਆ ਇਹਦਾ ਫੜੋ ਬਿੱਲ ਤੇ ਮੈਨੂੰ ਇਹਦੇ ਪੈਸੇ ਮੋੜੋ। ਇੱਕ ਮਿੰਟ ਯਾਰ, ਉਧਰ ਵੀ ਸੁਣ ਲਓ ਕਿੰਨੀ ਦੇਰ ਦੇ ਲੱਗੇ ਕੰਨਾਂ ਨੂੰ ਲਾ ਕੇ। ਉਹ ਮੈਂ ਗਾਣੇ ਸੁਣਨੇ ਆ, ਮੈਂ FM ਲਾਇਆ ਵਾ, ਠੀਕ ਹੀ ਚੈੱਕ ਹੀ ਕਰਨੇ ਆ। ਉਹ ਜੇ ਦਿਮਾਗ ਨਾ ਖਰਾਬ ਕਰ ਵੇ ਲੈ ਭਾਈ। ਆ ਮੈਨੂੰ ਤੂੰ ਭਾਈ ਆਪਣਾ ਕੰਮ ਕਰ, ਕੰਮ ਕਰ ਲੈ ਯਾਰ। ਚੱਲ ਚੱਲ, ਆ ਇਹਦਾ ਬਿੱਲ ਆ ਤੇ ਮੈਨੂੰ ਭਾਈ ਇਹਦੇ ਜਿੰਨੇ ਪੈਸੇ ਆ ਤੁਹਾਨੂੰ ਮੈਂ ਦੇ ਗਿਆ, ਮੈਨੂੰ ਦਿਓ ਤੇ ਮੈਨੂੰ ਤੋਰੋ। ਮੁੜ ਕੇ ਪਿਓ ਪੁੱਤ ਲੜਦੇ ਦਿਓ ਭਾਜੀ। LCD ਤੇ ਫੁੱਲ ਆਂਡਾ ਪੀਸ ਆ, ਕੱਲ ਮਾਲ ਦਿੱਤਾ ਸੀ ਕੰਟੇਨਰ ਚੋਂ। ਤੁਸੀਂ ਆਪ ਚੈੱਕ ਕੀਤੀ ਆ? ਨਹੀਂ ਚੱਲਣ ਦੇਈ ਭਾਈ। ਆ ਦੁਕਾਨ ਤੇਰੀ ਆ? ਮੇਰੀ ਆ ਦੁਕਾਨ? ਬਿੱਲ ਤੇਰਾ ਬਣਾਇਆ ਹੋਇਆ? ਤੁਹਾਡਾ ਹੀ ਬਿੱਲ ਆ, ਕੰਪਿਊਟਰਾਈਜ਼ ਤਾਂ ਖੋਇਆ। LCD ਪੈਸੇ ਦੇ ਦੇ ਭਾਜੀ। ਆ ਲਿਖ ਕੇ ਲਾ, ਵੱਡਾ ਵੱਡਾ ਸੀ ਲਿਖਿਆ ਹੋਇਆ ਵਾ। ਪੱਕੀ ਗੱਲ ਆ? ਹੋਰ ਨਹੀਂ ਗਿਆ, ਚੈੱਕ ਨਹੀਂ ਕਰਨਾ ਭਾਈ ਮੇਰੀ। ਇੱਕ ਮਿੰਟ, ਮੈਂ ਤੁਹਾਨੂੰ ਦੱਸਦਾ ਇੱਕ ਮਿੰਟ, ਕੱਲ ਤੁਸੀਂ ਮੇਰੀ ਜਾਨ ਤੋਂ ਬਾਅਦ ਬਰਗਰ ਖਾਧੇ? ਪੁੱਤਰ ਨੀ ਆ, ਮੈਂ ਕੰਮ ਕਰਦਾ ਇੱਥੇ। ਤੈਨੂੰ ਬਰਗਰ ਅੱਜ ਮੈਂ ਬਰਗਰ ਛੱਡੋ, ਮੇਰੇ ਪੈਸੇ ਮੋੜੋ ਜਿੰਨੇ ਹੈਗੇ ਆ। ਭਾਜੀ ਪੈਸੇ ਤਾਂ ਨਹੀਂ ਅਸੀਂ ਦੇ ਸਕਦੇ, ਇਹ ਕਰ ਸਕਦਾ ਮੈਂ। ਘੰਟੇ ਬਾਅਦ ਆਇਓ, ਤੁਹਾਨੂੰ ਠੀਕ ਕਰਕੇ ਤੁਹਾਨੂੰ ਯੈਸ ਮਿਲੇਗੀ। ਭਾਈ ਮੈਨੂੰ ਪੈਸੇ ਦੇ ਦਿਓ, ਮੈਂ ਲੈਣੀ ਨਹੀਂ LCD। ਭਾਜੀ ਪੈਸੇ ਕਿੱਦਾਂ ਮੋੜ ਦੀਏ ਤੁਸੀਂ ਦੱਸੋ ਨਾ। ਇੱਦਾਂ ਜੇਬ ਚੋਂ ਕੱਢੋ, ਗਿਣੋ, ਦਿੰਦੇ ਭਾਜੀ। ਉਹ ਆਪਸ਼ਨ ਅਵੇਲੇਬਲ ਨਹੀਂ ਸਾਡੇ, ਜਲਦੀ ਕੱਢ ਕੇ ਦੇ ਦਿਓ। ਨਹੀਂ ਭਾਜੀ ਅਸੀਂ ਠੀਕ ਕਰਕੇ ਦੇਵਾਂਗੇ, ਤਾਂ ਤੁਸੀਂ ਦੇ ਆਓ, ਘੰਟੇ ਬਾਅਦ ਆ ਕੇ ਲੈ ਆਇਓ। ਮੋਟਰ ਬੰਦ ਕਰ, ਘੰਟੇ ਦੀ ਗੱਲ ਨਾ ਕਰੋ, ਮੈਨੂੰ ਪੈਸੇ ਦੇ ਦਿਓ।
ਠੀਕ ਹੋ ਗਿਆ ਗੱਲ ਸੁਣ ਤੇਰਾ ਤੈਨੂੰ ਜੀ ਪਤਾ ਸੀ ਖਰਾਬ ਆ ਤੂੰ ਕਿਉਂ ਖਰਾਬ ਦਿੱਤੀ ਬਈ ਮੇਰੀ ਗੱਲ ਸੁਣੋ ਤੁਹਾਨੂੰ ਨੀ ਪਤਾ ਸੀ ਕੰਟੇਨਰ ਦਾ ਮਾਲ ਆਉਂਦਾ ਚੈੱਕ ਕਰਨਾ ਤੁਸੀਂ ਉਹ ਟੂਟੀਆਂ ਲਾ ਕੇ ਕਰਨਾ ਸੀ ਉਹ ਟੂਟੀਆਂ ਲਾ ਕੇ ਚੈੱਕ ਕਰਦੇ ਵਗੜੇ ਤੁਸੀਂ ਡਾਕਟਰ ਐ ਗੱਲ ਨਾ ਕਰੀ MBBS ਦੀ ਡਿਗਰੀ ਕਰਨ ਤੋਂ ਬਾਅਦ ਮੈਂ ਕੰਪਿਊਟਰ ਦੀ ਦੁਕਾਨ ਪਾਈ ਆ ਇੱਥੇ ਚਣਗਣਾ ਲੈਣ ਆਏ ਸੀ ਮੇਰਾ ਸ਼ੌਕ ਹੈ ਸ਼ੌਕ ਆ ਪਤਾ ਨਹੀਂ ਕਾਹਦਾ ਸ਼ੌਕ ਆ ਚੈੱਕ ਕਰ ਕੇ ਕਿਹਾ ਸਹੀ ਆ ਮੈਂ ਦੇ ਦੀ ਚੱਲ ਇਹਨੂੰ ਉਹ ਥਰਾ ਕੇ ਇਹਨੂੰ ਵੀ ਠੀਕ ਕਰ ਪਤਾ ਲੱਗ ਜਾਣਾ ਲਾ ਰਹੇ ਆ ਨਾਲੇ ਉਹਨੂੰ ਮਹਾਨੇ ਨੂੰ ਚਾਹ ਦਾ ਕਿਹਾ ਸੀ ਹਜੇ ਤੱਕ ਚਾਹ ਨਹੀਂ ਆਈ ਦੇਖ ਕੇ ਆ ਚਾਹ ਕਿੱਥੇ ਰਹਿ ਗਈ ਯਾਰ ਦੇਖ ਜਾ ਸੁਬਾ ਸੁਬਾ ਹੀ ਨਸ਼ੇ ਪਾ ਰਹਿੰਦਾ ਵਾ ਐਸਾ ਸ਼ਕੀਰ ਦਾ ਨਾ ਮੇਰੇ ਪੱਲੇ ਪਿਆ ਸੁਬਾ ਹੀ ਗਾ ਪਹਿਲਾਂ ਹੀ ਗਾਹਕ ਆਇਆ ਤੇ ਮੈਨੂੰ ਇੰਨਾ ਬਿੱਲ ਫੜਾ ਗਿਆ ਵਾਪਸੀ ਕਰਨ ਅੱਲਾ ਹੀ ਖੈਰ ਕਰੇ ਅੱਜ ਦਿਨ ਪਤਾ ਨਹੀਂ ਕਿੱਦਾਂ ਦਾ ਲੰਘੂਗਾ ਪਤਾ ਨਹੀਂ ਕਦੋਂ ਟਿਕਟੋਕ ਤੇ ਵਾਇਰਲ ਹੋਵਾਂਗੇ ਅਸੀਂ ਵੀ ਉਦੋਂ ਸਾਨੂੰ ਵੀ ਲਾਈਕ ਕਮੈਂਟ ਆਉਣਗੇ ਪਾਣੀ ਪੀਓ ਪਾਣੀ ਤੈਨੂੰ ਚਾਹ ਲੈਣ ਭੇਜਿਆ ਤੂੰ ਚਾਹ ਨਹੀਂ ਲੈ ਗਿਆ ਪਾਣੀ ਲੈ ਆਇਆ ਧਾਰ ਬਹੁਤ ਹੋ ਗਿਆ ਪਹਿਲੇ ਪਹਿਲੇ ਪੈਸੇ ਦਿਓ ਫਿਰ ਤੁਹਾਨੂੰ ਮਿਲੇਗਾ ਖਾਤਾ ਬੰਦ ਕਰਤਾ ਖਾਤਾ ਬੰਦ ਕਰਤਾ ਵੀ ਉਹਨੂੰ ਕਾ ਦੇ ਹੀ ਦੇਣੇ ਆ ਦੇ ਦੇਣੇ ਆਪਣਾ ਵਿਹਾਰ ਤੁਸੀਂ ਗੰਦਾ ਕਰਦੇ ਪਏ ਵਿਹਾਰ ਦੀ ਕੀ ਗੱਲ ਤੇਰੇ ਸਾਹਮਣੇ ਮਾਰਕੀਟ ਦੇ ਕੀ ਹਾਲਾਤ ਆ ਇੱਕ ਗਾਹਕ ਆਇਆ ਵੀ ਵਾਪਸੀ ਕਰਨ ਆਇਆ ਤੂੰ ਦੁਬਾਰਾ ਦੇ ਕਰਦਾ ਨਹੀਂ ਇੰਨੇ ਸ਼ੀ ਪਾਈ ਰੱਖਦਾ ਵਾ ਸਾਰੀ ਦਿਹਾੜੀ ਦੁਬਾਰਾ ਮੈਂ ਘਰੋਂ ਵੀ ਚਾਹ ਨਹੀਂ ਪੀ ਕੇ ਆਇਆ ਹੁਣ ਪਾਣੀ ਨਾਲ ਸਾਰਨਾ ਪੈਣਾ ਤੁਹਾਨੂੰ ਲੱਭਦਾ ਕੀ ਆ ਘਰੋਂ ਕੰਮ ਕਰ ਉੱਥੇ ਬਹਿ ਕੇ ਨਸੀਬਾ ਨਾ ਹੋਵੇ ਤੁਹਾਨੂੰ ਗਾਹਕ ਆ ਲੈਣ ਦੇ ਸਾਰਿਆਂ ਦੇ ਪੈਸੇ ਨਿਲ ਕਰ ਦੇਣੇ ਆ ਅਸਲਾਮੁਅਲੈਕਮ ਜੀ ਵਾਅਲੈਕਮ ਅਸਲਾਮ ਭਾਈ ਜੀ ਬੈਠੋ ਕੀ ਹਾਲ ਚਾਲ ਹੈ ਜੀ ਠੀਕ ਹੋ ਬੈਠੋ ਭਾਈ ਜੀ ਫੈਂਸੀ ਹੋਰ ਸਰ ਜੀ ਸਭ ਠੀਕ ਠਾਕ ਸ਼ੁਕਰ ਅੱਲਾ ਦਾ ਭਾਈ ਤੁਸੀਂ ਸੁਣਾਓ ਕਿਦਾਂ ਅਲਹਮਦੁਲਿਲਾ ਕਿਦਾਂ ਕੰਮ ਸ਼ਮ ਬਸ ਬੜੀ ਮਿਹਰ ਅੱਲਾ ਦਾ ਬਸ ਇਦਾਂ ਹੀ ਮਾਰਕੀਟ ਦੇ ਹਾਲਾਤਾਂ ਨੂੰ ਪਤਾ ਪਾਕਿਸਤਾਨ ਦੇ ਕਿੰਨਾ ਜਾ ਰਿਹਾ ਉਸ ਹਿਸਾਬ ਨਾਲ ਫੇਰ ਵੀ ਮਾਲਕ ਦਾ ਬੜਾ ਅੱਛਾ ਛੋਟਾ ਭਾਈ ਹੈ ਤੇ ਕਹਿੰਦਾ ਜੀ ਕੋਈ ਸਿਸਟਮ ਲੈਣਾ ਹੈ ਇਹਨੇ ਮੈਂ ਆਪਣੇ ਦੋਸਤ ਨੂੰ ਮੇਰੇ ਤੋਂ ਆ ਦੇਣਾ ਹਾਂਜੀ ਸਿਸਟਮ ਬਣਵਾ ਕੇ ਦਿਓ ਮੈਨੂੰ ਕਿੱਦਾਂ ਦਾ ਚਾਹੀਦਾ ਬੇਟਾ ਜੀ ਦੋਸਤ ਨੇ ਤਸਵੀਰ ਸੈਂਡ ਕੀਤੀ ਤੇ ਸੀ ਪਾਣੀ ਪੀ ਲਿਆ ਨੂੰ ਰੱਖੋ ਥੱਲੇ ਇੱਦਾਂ ਦਾ ਪੀਸੀ ਹੋਵੇ ਫੁੱਲ ਦੇਖੋ ਜੀ ਆ ਕੋਈ ਗੇਮਾਂ ਗੂਮਾਂ ਖੇਲਦੇ ਆ ਹਾਂਜੀ ਗੇਮਾਂ ਹੀ ਖੇਲਣੀਆਂ ਹੁੰਦੀਆਂ ਇਹਨਾਂ ਨੇ ਵਿਹਲੇ ਅੱਜ ਕੱਲ ਦੇ ਬੱਚਿਆਂ ਦਾ ਇਹੀ ਆ ਗੇਮਾਂ ਵਾਸਤੇ ਤੇ ਸਾਡੇ ਕੋਲ ਅੱਛੀ ਅੱਛੀ ਸ਼ੈ ਪਈ ਹੋਈ ਆ ਤੁਹਾਨੂੰ ਪਤਾ ਵਾ ਸਾਡੇ ਇੱਕ ਮਿਆਰ ਆ ਤੁਹਾਡੇ ਕੋਲ ਕਿਹੜਾ ਪਹਿਲੀ ਵਾਰੀ ਆਏ ਯਾਰ ਇੱਧਰ ਗੱਲ ਸੁਣ ਜਿਹੜਾ ਰਾਤੀ ਕੰਟੇਨਰ ਤੋਂ ਮਾਲ ਆਇਆ ਪੀਸ ਲਾ ਇੱਥੋਂ ਤੇ ਬੇਟਾ ਜੀ ਕਰਦਾ ਕਿ ਭਾਈ ਛੋਟਾ ਕਰਦਾ ਕੀ ਆਪਣਾ ਫਿਲਹਾਲ ਤੇ ਤੰਗ ਹੀ ਕਰਦਾ ਕਰਦਾ ਕੁਰਦਾ ਕੁਛ ਵੀ ਨਹੀਂ ਇੱਥੇ ਰੱਖ ਇਹਨੂੰ
ਲਓ ਭਾਜੀ ਫਰੈਸ਼ ਪੀਸ ਹੀ ਹੈ ਜਿੱਦਾਂ ਨਾ ਤੁਹਾਡਾ ਮੰਗਦਾ ਨਾ ਭਰਾ ਆਂਡਾ ਪੀਸ ਹੀ ਚੈੱਕ ਕਰੋ ਕੰਟੇਨਰ ਚੋਂ ਰਾਤੀ ਉਤਰਿਆ ਹੈ ਕਿਤੋਂ ਮੈਂ ਸਕ੍ਰੈਚ ਨਹੀਂ ਪਿਆ ਨਹੀਂ ਆ ਆਂਡਾ ਮੁਰਗੀ ਕੀ ਪਾਨ ਖਾਂਦੀ ਸੀ ਆ ਪਬਜੀ ਚੱਲ ਜੂਗੀ ਨਾ ਪਬਜੀ ਤੇ ਜਿਹੜੀ ਦੌੜੇਗੀ ਬੇਟਾ ਜੀ ਪਬਜੀ ਦੌੜੇਗੀ ਇੱਧਰ ਆ ਜਾਓ ਭਾਈ ਨਾ ਇਹਨੂੰ ਖੋਲ ਕੇ ਤੇ ਚੈੱਕ ਕਰਾਓ ਜ਼ਰਾ ਭਾਈ ਜੀ ਸਾਰਾ ਕੁਝ ਚੈੱਕ ਕਰਾਓ ਥੱਲੀ ਕਰਾਂ ਤੇ ਬਗੈਰ ਸਾਡੀ ਦੁਕਾਨ ਤੇ ਭਾਈ ਗਾਹ ਜਾਂਦਾ ਹੀ ਨਹੀਂ ਹੈ ਅੱਛਾ ਜੀ ਅਸਲ 'ਚ ਰਾਤੀ ਆਇਆ ਨਾ ਮਾਲ ਅਤੇ ਹਜੇ ਨਾ ਚੈੱਕ ਚੁੱਕ ਨਹੀਂ ਕੀਤੇ ਫੀਸ ਇਸ ਕਰਕੇ ਸਾਨੂੰ ਸਮਝ ਨਹੀਂ ਮੈਨੂੰ ਲੱਗਦਾ ਨਾ ਹੀ ਕਰਿਓ ਚੈੱਕ ਤੁਸੀਂ ਜੋ ਇਹਨਾਂ ਦੇ ਹਾਲਾਤ ਕੀ ਕਰਦਾ ਪਿਆ ਵਾ ਪੈਨ ਘਟਾ ਇਧਰੋਂ ਆਇਆ ਵਾ ਓਏ ਇਹਨੂੰ ਪਰੇ ਘਰ ਤਾਰਾਂ ਲੱਗੀਆਂ ਤੇ ਨਹੀਂ ਪਿੱਛੋਂ ਪਰੇ ਘਰ ਇਹਨੂੰ ਦੇਖ ਉਹ ਪਾਗਲ ਆ ਛੱਡ ਦੇ ਇਥੋਂ ਓਏ ਉਧਰ ਨਾ ਲਾ ਦੀ ਉਹਨੂੰ ਓਏ ਪਰੇ ਹੋ ਚੱਲ ਭਾਜੀ ਸਾਈਂ ਤੁਹਾਨੂੰ ਦੱਸਿਆ ਪਹਿਲੇ ਵੀ ਕਿਹੜੀ ਫਰੈਸ਼ ਆ ਇਹ ਕੀ ਉਥੋਂ ਪੈਦਲ ਤੁਰਦਾ ਆ ਇੰਨਾ ਘੱਟਾ ਫਸਿਆ ਇਹਦੇ ਚ ਉਹ ਪਰਾਂ ਰੱਖ ਹੱਥ ਨਾਲ ਗੰਦੇ ਕਰ ਦੇਣੇ ਤੁਸੀਂ ਆ ਮੁੰਡੇ ਨੇ ਹੁਣੀ ਸਾਫ਼ ਕਰ ਦੇਣਾ ਵਾ ਬਾਕੀ ਸ਼ੈ ਓਕੇ ਆ ਦੱਸੋ ਫਿਰ ਕਰੀਏ ਯਾਰ ਆ ਕੀ ਮੈਨੂੰ ਤੇ ਘੱਟੇ ਨਹੀਂ ਸਮਝ ਆਉਂਦੇ ਤੇਰੀ ਘੱਟੇ ਘੱਟਾ ਤੁਹਾਨੂੰ ਪਤਾ ਅੱਜ ਕੱਲ ਦੇ ਹਰ ਸ਼ੈ ਤੇ ਘੱਟਾ ਪਿਆ ਹੁੰਦਾ ਵਾ ਆ ਦੇਖੋ ਆ ਫਰੈਸ਼ ਜੀ ਫਰੈਸ਼ ਆ ਜੀ ਇਹ ਫਰੈਸ਼ ਤੇ ਖਰਾਬ ਕਿਦਾਂ ਦਾ ਹੁੰਦਾ ਭਾਈ ਖਰਾਬ ਦਾ ਅਸੀਂ ਕਦੀ ਵੇਚੇ ਨਹੀਂ ਖਰਾਬ ਜਿਹੜੀ ਸਹੀ ਗੱਲ ਆ ਸਾਨੂੰ ਪਤਾ ਯਾਰ ਲਾਮਾ ਨਾ ਆਵੇ ਕੋਈ ਤੇਰੀ ਮੇਰਾ ਲਾਮਾ ਨਹੀਂ ਆਊਗਾ ਸ਼ੈ ਗਰੰਟੀ ਵਾਲੀ ਆ ਤੇ ਤੁਹਾਡਾ ਭਾਈ ਨਾ ਯਾਦ ਹੀ ਕਰੂਗਾ ਕਿ ਉਹ ਸ਼ੈ ਦਿੱਤੀ ਆ ਜੇ ਖਰਾਬ ਹੋਇਆ ਡਬਲ ਪੈਸੇ ਵਾਪਸ ਕਰਕੇ ਜਾਣਾ ਹੀ ਮੈਂ ਫਿਰ ਨਾ ਨਹੀਂ ਕਿਉਂਕਿ ਉਦੋਂ ਮੈਂ ਇੰਨੀ ਮਿਹਨਤ ਕਰਕੇ ਵਿੱਚ ਗੇਮਾਂ ਕਰਨੀਆਂ ਭਾਜੀ ਚਲੋ ਇਹਨੂੰ ਕਰਾਓ ਯਾਰ ਸਾਫ ਸੂਫ ਕਰਾਓ ਓਏ ਆ ਬੰਦ ਨਹੀਂ ਹੁੰਦੇ ਇੱਧਰ ਭਾਜੀ ਕੱਲ੍ਹ ਰਾਤੀ ਮਾਲ ਆਇਆ ਤਾਂ ਕਰਕੇ ਨਹੀਂ ਪਤਾ ਮੁੰਡਾ ਤੇਰਾ ਕਾਰੀਗਰ ਆ ਇਹਨੂੰ ਸਾਰਾ ਚੀਜ਼ਾਂ ਦਾ ਪਤਾ ਵਾ ਆ ਦੇਖ ਬੰਦ ਨਹੀਂ ਹੁੰਦੇ ਆ ਮੈਨੂੰ ਲੱਗਦਾ ਇਹਨੇ ਤੁਹਾਨੂੰ ਮਾਲਕ ਰੱਖਿਆ ਪਤਾ ਨੀ ਕੀ ਰੱਖਿਆ ਕਰ ਦੀਏ ਫਿਰ ਆਹ ਇਹਨੂੰ ਕਰਵਾਓ ਯਾਰ ਚੱਲ ਇੱਧਰ ਆਈਆ ਹੁਣ ਉਹ ਹੋ ਗਿਆ ਤੇਰਾ ਕੰਮ ਭਾਜੀ ਇਹਦੇ ਨਾਲ ਫਿਰ ਬੱਚੇ ਨੂੰ ਕੀਬੋਰਡ ਮਾਊਸ ਇਹਦੀ ਤੇ ਸਰਵਿਸ ਸਰਵਿਸ ਕਰਾਓ ਨਾ ਪਹਿਲੇ ਇਹਨੂੰ ਜ਼ਰਾ ਸਾਫ਼ ਸੁਥਰਾ ਤੇ ਕਰਾਓ ਇਹਨੂੰ ਛੱਡੋ ਇਹ ਹੋ ਜਾਏਗਾ ਇਹਦੇ ਨਾਲ ਉਹ ਐਲਸੀਡੀ ਚਾਹੀਦੀ ਹੈ ਇਹਨੂੰ ਨਾਲ ਨਾਲ ਲੈਦਰ ਵੀ ਚਾਹੀਦੇ ਗੇਮਿੰਗ ਪਾ ਲੈਦਰ ਵੀ ਪਾ ਦਿਓ ਭਾਜੀ 1 to 5 ਨਹੀਂ ਲੈ ਰਹੇ ਤੁਸੀਂ ਕੰਪਿਊਟਰ ਲੈ ਰਹੇ ਹੋ ਪਤਾ ਨਹੀਂ ਕਿਹੜਾ ਕਰਦੇ ਹੋ ਲੈਦਰ ਕਰਾਉਂਦਾ ਵੀ ਆ ਤੈਨੂੰ ਮੈਂ ਦੱਸਾਂਗਾ ਜਾ ਕੇ ਤੁਹਾਡੇ ਕੋਲ ਗੇਮਿੰਗ ਐਲਸੀਡੀਆਂ ਪਈਆਂ ਬੜੀਆਂ ਬੈਟ ਯਾਰ ਉਹੀ ਐਲਸੀਡੀ ਇਹਨੂੰ ਚਾਹੀਦੀ ਆ ਉਹ ਨਹੀਂ ਹੁੰਦੀ ਗੋਲ ਵਾਲੀ ਜਿਹੜੀ ਵੱਡੀ ਐਲਸੀਡੀ 360 ਮੈਨੂੰ ਪਤਾ ਲੱਗ ਗਿਆ ਗੋਲ ਆ ਦੇਖੋ 360 ਆ
ਚੰਗੀ ਤਰ੍ਹਾਂ ਵੇਖ ਲੋ ਪਿੱਛੋਂ ਕਿਤੇ ਬਾਬਾ ਸੀਰ ਤੇ ਨੀ ਇਹਨੂੰ ਕੰਪਿਊਟਰ ਇਹਨੂੰ ਕਿੱਥੇ ਹੁੰਦੀ ਆ ਚੈੱਕ ਤੇ ਇਦਾਂ ਹੀ ਕਰਨ ਦੇ ਭਾਜੀ ਓਕੇ ਆ ਛੋਟਾ ਵੱਡਾ ਉਸ ਤੋਂ ਵੱਡਾ ਸਿਰਫ ਗੇਮਾਂ ਖੇਲਣੀਆਂ ਹੈਡਫੋਨ ਲਾ ਕੇ ਭਾਜੀ ਆਵਾਜ਼ ਐਸੀ ਆਉਂਦੀ ਆ ਸਿੱਧੂ ਮੂਸੇਵਾਲਾ ਦਾ ਗਾਣਾ ਲੱਗਾ ਹੋਵੇ ਪਿੱਛੇ ਕੀਬੋਰਡ ਵੀ ਦੇ ਦਿਓ ਯਾਰ ਇੱਕ ਗੇਮਿੰਗ ਕੀਬੋਰਡ ਵੀ ਦੇ ਦਿਓ ਠੀਕ ਆ ਯਾਰ ਚਲੋ ਬਿੱਲ ਬਣਾ ਦਿਓ ਹੁਣ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਬਿੱਲ ਬਣਾ ਦੇ ਓਏ ਰੋਟੀ ਖਾਇਆ ਰੋਟੀ ਨਹੀਂ ਖਾਣੀ ਅਜੇ ਯਾਰ ਰੋਟੀ ਖਾਇਆ ਮੇਰੀ ਵੀ ਲੈ ਆ ਤੇ ਆਪਣੀ ਵੀ ਲੈ ਆ ਯਾਰ ਆ ਗਿਆ ਹੁਣ ਗਿਆ ਚਲੋ ਯਾਰ ਆ ਬਿੱਲ ਬਣਾਓ ਸਾਡਾ ਭਾਜੀ ਬਿੱਲ ਬਣਨ ਲੱਗਾ ਹਾਂਜੀ ਭਾਜੀ ਇੱਕ ਤੁਹਾਡਾ ਕੰਪਿਊਟਰ ਹੋ ਗਿਆ ਅਸੈਸਰੀ ਤਾਂ ਫ੍ਰੀ ਆਣਾ ਤੁਹਾਨੂੰ ਭਾਜੀ ਅਸੈਸਰੀ ਫ੍ਰੀ ਨਹੀਂ ਆ ਯਾਰ ਐਪ ਰੋਟੀ ਨਹੀਂ ਖਾ ਰਹੀ ਬੰਦਾ ਰੱਖ ਕੀ ਕਰੀਏ ਇਹਨੂੰ ਸ਼ਗਿਰਦ ਨੂੰ ਗਾਂ ਸ਼ਗਿਰਦ ਰਖਵਾ ਕੇ ਦਿਓ ਸਾਡਾ ਬਿੱਲ ਤੇ ਬਣਾਓ ਯਾਰ ਅਸੀਂ ਤੇ ਜਾਈਏ ਇੱਕ ਤੁਹਾਡਾ ਹੋ ਗਿਆ ਜੀ ਕੰਪਿਊਟਰ ਹੋ ਗਿਆ ਓਏ ਨਾ ਕਰ ਕੀ ਕਰਦਾ ਤੂੰ ਛੱਡ ਦੇ ਨੂੰ ਤਾਰਾਂ ਨੂੰ ਛੱਡ ਦੇ ਭਾਈ ਭਰਾ ਸਾਡੇ ਤੇ ਵੀ ਹੱਥ ਡੇਕ ਦੇ ਨਹੀਂ ਇਹ ਇੱਕ ਤੁਹਾਡੀ ਐਲਸੀਡੀ ਹੋ ਗਈ ਗੇਮਿੰਗ ਪਿਆਰ ਮੈਂ ਬਦਲਾ ਬਿੱਲ ਬਣਾਉਣਾ ਵਾ ਭਾਜੀ ਬੇਫਿਕਰ ਹੋ ਅੱਗੇ ਤੁਹਾਡਾ ਨਗਾ ਕਾਂ ਦੀ ਕਦੀ ਕੀਤੀ ਆ ਆ ਬਸ ਇਹਨਾਂ ਦਾ ਬਿੱਲ ਬਣਾ ਦਿਓ ਦੋ ਚੀਜ਼ਾਂ ਦਾ ਬਾਕੀ ਤੇ ਨਾਲ ਹੀ ਆ ਨਾ ਸਾਰਾ ਭਾਜੀ ਨਾਲ ਨਹੀਂ ਦੇਖੋ ਤੁਹਾਨੂੰ ਪਤਾ ਅੱਜ ਕੱਲ ਆ ਚੀਜ਼ਾਂ ਦੇ ਰੇਟ ਬਹੁਤ ਹੋਏ ਹੋਏ ਆ
ਤੁਹਾਨੂੰ ਐ ਵਾ ਕੀਬੋਰਡ ਮਾਊਸ ਤੇ ਹੈਡਫੋਨ ਦੇ ਪੈਸੇ ਲਾ ਦਿੰਦਾ ਵਾ ਆਖਰੀ ਤਰੀਕ ਕੀ ਹੈ ਚੱਕਰ ਕੀ ਹੋਇਆ ਨਹੀਂ ਇਹਦੀਆਂ 10-12 ਕਿਸ਼ਤਾਂ ਕਰ ਦਿਓ ਉਹ ਇੰਨਾ ਰੇਟ ਚੱਲ 8,000 ਚੀਜ਼ਾਂ ਦਾ ਰੇਟ ਆ ਉਹ ਨਹੀਂ ਭਾਈ ਆਇਆ ਕਿਤੋਂ ਹੋਰ ਲੈ ਲੈਂਦੇ ਨੁਕਸਾਨ ਮੇਰਾ ਹੋ ਗਿਆ ਹਲੇ ਵੀ ਪਿਓ ਪੁੱਤ ਲੜੀ ਜਾ ਰਹੇ ਆ ਤੁਸੀਂ ਮੈਨੂੰ ਪਤਾ ਕਿਹੜਾ ਸ਼ਗਿਰਦਾ ਤੁਸੀਂ ਜਦੋਂ ਮੈਂ ਪਹਿਲੇ ਆਇਆ ਉਦੋਂ ਵੀ ਲੜਨ ਨੇ ਮੈਂ ਹੁਣ ਆਇਆ 2 ਘੰਟੇ ਬਾਅਦ ਹਲੇ ਵੀ ਤੁਹਾਡਾ ਪਤਾ ਨੀ ਕਿਹੜੇ ਤੁਸੀਂ ਸ਼ਗਿਰਦਾ ਕਿ ਪਤਾ ਨੀ ਕੀ ਤੁਹਾਡਾ ਰਿਸ਼ਤਾ ਮੇਰੀ LED ਮੈਨੂੰ ਦਿਓ ਮੇਰੀ LCD ਦਿਓ ਇਹਨੂੰ ਵੀ ਲੱਗਦਾ ਚੂਨਾ ਹੀ ਲਾਉਣਾ ਉਹਨੂੰ ਚਲਾ ਕੇ ਚੈੱਕ ਕਰਾ ਦੇਣਾ ਜਿਹੜੀ ਖਰਾਬ ਆ ਬਿੱਲ ਦਿੰਦਾ ਮੈਂ ਤੁਹਾਨੂੰ ਤੁਸੀਂ ਨਾ ਤੁਸੀਂ ਮੈਨੂੰ ਲੱਗਦਾ ਮਾਰਕੀਟ 'ਚ ਨਾ ਸਭ ਤੋਂ 2 ਨੰਬਰ ਬੰਦੇ ਹੀ ਤੁਸੀਂ ਆ ਗੁਰ ਸਾਹਿਬ ਮੈਂ ਹਿਸਾਬ ਲਾਇਆ ਤੁਹਾਡਾ ਭਾਜੀ ਆ ਤੇ ਦੁਕਾਨ ਦਾ ਹੀ ਸਾਡੇ ਨਾਲ ਨਹੀਂ ਆ ਬਿੱਲ ਆ ਭਾਈ LED ਮੇਰੀ ਆ ਪਈ ਆ ਦੇਖੋ ਆਹ ਜਿਹੜੀ LED ਇਹਦਾ ਬਿੱਲ ਆ ਤੇ ਇਹਨੂੰ ਸਹੀ ਕਰਨ ਨੂੰ ਦੇ ਗਿਆ ਸੀ ਨਾ ਕੀ ਕੀਤਾ ਜੇ ਨਹੀਂ ਤੇ ਪੈਸੇ ਦਿਓ ਚਲੋ ਉਹ ਲੈ ਪੁੱਤਰ ਵੀ ਪਿਓ ਤੇ ਗਿਆ ਪਿਓ ਬਜਾ ਹੀ ਹੁੰਦਾ ਵਾ ਪੁੱਤਰ ਹੀ ਆ ਤੁਹਾਡਾ ਇੱਕ ਹਿਸਾਬ ਬਾਰਾ ਲਾ ਤੁਸੀਂ ਦਿਓ ਫਰਾਡ ਨਾ ਕਰੋ ਮੇਰੇ ਨਾਲ ਇਹ ਕੋਈ ਗੱਲ ਨਹੀਂ ਆ LCD ਠੀਕ ਆ ਤੁਹਾਡੀ ਇੱਕ ਨੰਬਰ ਆ ਠੀਕ ਕਰਦੀ ਆ ਮੈਨੂੰ ਚਲਾ ਕੇ ਚੈੱਕ ਕਰਾਉਣੀ ਆ ਤਾਂ ਮੈਂ ਚੱਲੀ LED ਫਿਰ ਮੈਂ ਲੈ ਕੇ ਭਾਈ ਮੈਨੂੰ LCD ਚਲਾ ਕੇ ਇੱਥੇ ਚੈੱਕ ਕਰਾ ਕੇ ਫਿਰ ਮੈਂ ਲੈ ਕੇ ਜਾਣੀ ਆ ਮੈਂ ਨਹੀਂ ਜੇ ਲੈ ਕੇ ਜਾਣੀ
ਭਾਜੀ ਐਲਸੀਡੀ ਦਾ ਹੁਣ ਮੈਂ ਉਹ ਬਹਿ ਜਾ ਤੂੰ ਕਿੱਥੇ ਜਾਈ ਜਾਂਦੇ ਆ ਮੈਂ ਚੱਲਾਂ ਭਾਜੀ ਨਵੀਂ ਐਲਸੀਡੀ ਦੇ ਰਹੀ ਆ ਦੇਖੋ ਫਰੈਸ਼ ਤੁਹਾਡੇ ਵੱਸੋਂ ਬਾਹਰ ਆਏ ਕਿਹੜਾ ਚੱਲਣੀ ਘਰ ਜਾ ਕੇ ਇੱਥੇ 2 ਮਿੰਟ ਲਈ ਚੱਲਣੀ ਪਤਾ ਨਹੀਂ ਇਹ ਚ ਕਾਰਡ ਹੀ ਐਸਾ ਪਾਇਆ ਕਿ 2 ਸਕਿੰਟ ਲਈ ਚੱਲਣੀ ਮੁੜ ਕੇ ਨਹੀਂ ਚੱਲਣੀ ਅਸੀਂ 2 ਨੰਬਰੀ ਕਦੀ ਨਾ ਕੀਤੀ ਹੈ ਤੇ ਨਾ ਕਿਸੇ ਨੂੰ ਕਰਨ ਦਿੱਤੀ ਤੁਸੀਂ ਪਿੱਛੋਂ ਮਾਰ ਲਿਆ ਹੁੰਦੇ ਨਾ ਪੁੱਛ ਕੇ ਆਉਂਦੇ ਲਾਈਫ ਟਾਈਮ ਦੀ ਗਰੰਟੀ ਕੀ ਗਰੰਟੀ ਸਾਡੀਆਂ ਆਪਣੇ ਬਾਹਰੋਂ ਭਰਾ ਭੇਜਦੇ ਸਾਨੂੰ ਵੱਡਾ ਡਾਕਟਰ ਬਣੇ ਫਿਰਦੇ ਇਹਨੂੰ ਵੀ ਕਿਤੇ ਚੰਗੇ ਹਸਪੀਟਲ 'ਚ ਚੈੱਕ ਕਰਾ ਭਾਜੀ ਅਸੀਂ ਕੰਪਿਊਟਰ ਦਾ ਕੰਮ ਕਰੀਦਾ ਇੱਥੋਂ ਕਮਾਈ ਦਾ ਵਾ ਪਤਾ ਨਹੀਂ ਕਿਹੜਾ ਕਮਾਈ ਦਾ ਵਾ ਆਹ ਤੇ ਉੱਦਾਂ ਦਾ ਉੱਦਾਂ ਹੀ ਗਾਹਕ ਲੈਣ ਹੀ ਨਹੀਂ ਆਇਆ ਤੁਹਾਡੇ ਪੈਸੇ ਬੈਂਕ ਚੋਂ ਕਢਾਣ ਗਿਆ ਵਾ ਹੁਣ ਤੁਹਾਡੇ ਸਾਹਮਣੇ ਵੇਖਿਓ ਆਂਦਾ ਉਹਨੂੰ ਪਤਾ ਲੱਗ ਗਿਆ ਹੋਣਾ ਬੰਦਾ ਫਰਾਡੀ ਆ ਵਾ ਉਹਨੇ ਪਰੇ ਦਾ ਪਰੇ ਨਿਕਲ ਜਾਣਾ ਲਾਓ ਹੁਣ ਤੁਸੀਂ ਕੀ ਜਾਂਦੇ ਜੀ ਐਲਸੀਡੀ ਐਲਈਡੀ ਦਿਓ ਜਾਂ ਤੇ ਪੈਸੇ ਦਿਓ ਬਲਕਿ ਮੈਂ ਨਹੀਂ ਐਲਈਡੀ ਲੈਣੀ ਮੈਨੂੰ ਪੈਸੇ ਦਿਓ ਭਾਜੀ ਆਪਣਾ ਅਕਾਊਂਟ ਨੰਬਰ ਦਿਓ ਅਸੀਂ ਟ੍ਰਾਂਸਫਰ ਕਰ ਦਾਂਗੇ ਨਹੀਂ ਨਹੀਂ ਮੈਨੂੰ ਕੈਸ਼ ਦਿਓ ਮੇਰੇ ਕੋਲ ਅਕਾਊਂਟ ਨੰਬਰ ਨਹੀਂ ਹੈ ਭਾਜੀ ਕੈਸ਼ ਨਹੀਂ ਹੈਗਾ ਕੈਸ਼ ਦਾ ਕੋਈ ਰੁਪਈਆ ਨੇ ਵਟਿਆ ਪਾਈ ਤਾਂ ਮੈਂ ਕੀ ਦੱਸਾਂ ਯਾਰ ਹਾਲਾਤ ਕੰਮਾਂ ਦੇ ਕਰਦਾ ਹੀ ਹੋਇਆ ਪਿਆ ਵਾ ਭਾਈ ਕਮੇਟੀ ਦੇਣ ਵਾਲੀ ਆ ਬਿੱਲ ਇੰਨਾ ਆਇਆ ਵਾ ਸ਼ਗਿਰਦ ਛੱਡ ਜਾਣ ਨਹੀਂ ਛੱਡ ਓਏ ਪਿਓ ਆਪਣੇ ਦਾ ਨਾਲ ਖਲੋ ਉਧਰ ਪੈਸੇ ਲੈ ਕੇ ਜਾਣੇ ਕੱਲ ਭਾਈ ਵੇਖ ਲੋ ਭਾਈ ਵਾਲ ਵਾਲ ਕਰਦੇ ਜਾ ਆ ਪਿਆ ਵਾ ਪਾਣੀ ਛਾਣੀ ਪਿਆ ਯਾਰ ਤੂੰ ਮੈਨੂੰ ਪੈਸੇ ਕੱਲ ਨੂੰ ਦੇ ਦੀ ਐਲਈਡੀ ਰੱਖ ਕੋਲ ਤੈਨੂੰ ਵੇਚ ਬੂਚ ਲਾ ਆ ਬਿੱਲ ਮੇਰੇ ਕੋਲ ਆ ਬਿੱਲ ਮੈਂ ਲੈ ਆਊਂਗਾ ਤੂੰ ਮੈਨੂੰ ਇਹਦੇ ਪੈਸੇ ਕੱਲ ਨੂੰ ਦੇ ਦੀ ਕਿਸੇ ਤਰੀਕੇ ਸਹੀ ਕਰ ਤੇ ਪੈਸੇ ਦੇਈਏ ਮੈਂ ਤੇ ਕਹਿੰਦਾ ਦੁਕਾਨ ਬੰਦ ਕਰ ਤੇ ਚੱਲੀਏ ਘਰ।